प्रभु के लिए जब हुए लाख लाख बलिदान, तब हो पाया आजाद हमारा प्यारा हिंदुस्तान। इस भारत भू के लिए जब हुए लाख लाख बलिदान, तब हो पाया आजाद हमारा प्यारा हिंदुस्तान। उन लाख शहीदों में था शामिल भगत सिंह का नाम, उन लाख शहीदों में था शामिल भगत सिंह का नाम। होठों पे जिसके था यही गाना सुबह हो या शाम, वंदे वंदे मातरम, वंदे वंदे मातरम, वंदे वंदे मातरम, वंदे वंदे मातरम। यह भारत भू हमारी, उस पे अंग्रेजों की हुकूमत। जुल्म बड़े थे सारे उनके, बड़ी थी सारी शामत। यह भारत भू हमारी, उस पे अंग्रेजों की हुकूमत। जुल्म बड़े थे सारे उनके, बड़ी थी सारी शामत। तब राष्ट्रभक्त उस भगत सिंह को कैसे चैन आ पाए, तब राष्ट्रभक्त उस भगत सिंह को कैसे चैन आ पाए। हर बूंद लहू की अंग्रेजों पर शोला बन के छाए। वंदे वंदे मातरम, वंदे वंदे मातरम, वंदे वंदे मातरम, वंदे वंदे मातरम। आहट सुन के अंग्रेजों ने खोज की तब उनकी शुरू, आहट सुन के अंग्रेजों ने खोज की तब उनकी शुरू। पकड़ गए तब भगत सिंह सह सुखदेव और राजगुरु, पकड़ गए तब भगत सिंह सह सुखदेव और राजगुरु। मातृभूमि के इन सुपुतों को दुश्मन करते ही फांसी, मातृभूमि के इन सुपुतों को दुश्मन करते ही फांसी। कह गए लड़कर देश के लिए, हंसते हंसते चढ़े सुली, हंसते हंसते चढ़े सुली, हंसते हंसते चढ़े सुली, हंसते हंसते चढ़े सुली। वंदे वंदे मातरम, 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 वंदे वंदे मातरम। ਸਵੇਰ ਦਾ ਵੇਲਾ ਸੀ, ਜਿੱਥੋਂ ਤੱਕ ਨਿਗਾਹ ਜਾਂਦੀ ਖੇਤਾਂ ਵਿੱਚ ਪੀਲੀ ਸਰ੍ਹੋਂ ਦੀ ਚਾਦਰ ਫੈਲੀ ਦਿਸਦੀ ਸੀ। ਪੰਜਾਬ ਵਿੱਚ ਇਹ ਨਜ਼ਾਰਾ ਹਮੇਸ਼ਾ ਹੀ ਦਿਖਾਈ ਦਿੰਦਾ ਹੈ। ਖੇਤਾਂ ਵਿੱਚ ਕਾਮੇ ਕੰਮਾਂ 'ਚ ਲੱਗੇ ਹੁੰਦੇ ਸੀ, ਸਾਰੇ ਛੇਤੀ ਛੇਤੀ ਕੰਮ ਕਰ ਰਹੇ ਸੀ। ਸਰਦਾਰ ਅਰਜਨ ਸਿੰਘ ਇੱਕ ਦਰਖਤ ਦੇ ਥੱਲੇ ਆਰਾਮ ਨਾਲ ਇੱਕ ਮੰਜੇ 'ਤੇ ਬੈਠੇ ਸੀ। ਚਾਰੋਂ ਪਾਸਿਓਂ ਪਾਣੀ ਦੀ ਆਵਾਜ਼ ਆ ਰਹੀ ਸੀ। ਅਰਜਨ ਸਿੰਘ ਦੇ ਸਿਰ 'ਤੇ ਇੱਕ ਡੰਡਾ ਛੋ ਗਿਆ। ਠੋ ਠੋ ਦੀ ਆਵਾਜ਼ ਆਈ। ਆਹ ਦੀ ਆਵਾਜ਼ ਨਾਲ ਸਰਦਾਰ ਮੰਜੇ ਦੇ ਉੱਪਰ ਡਿੱਗ ਪਏ। ਡਿੱਗਦਿਆਂ ਹੀ ਉਹ ਜ਼ੋਰ ਜ਼ੋਰ ਨਾਲ ਹੱਸਣ ਲੱਗੇ। ਤਦ ਉਹਨਾਂ ਨੇ ਸੁਣਿਆ, ਇਹ ਕੀ ਦਾਦਾ ਜੀ, ਅੰਗਰੇਜ਼ਾਂ ਦੀ ਗੋਲੀ 'ਤੇ ਤੁਸੀਂ ਜਿਉਂਦਾ ਕਿਉਂ ਬਚ ਗਏ? ਅਰਜਨ ਸਿੰਘ ਨੇ ਆਪਣਾ ਹਾਸਾ ਰੋਕਿਆ ਅਤੇ ਛੋਟੇ ਭਗਤ ਨੂੰ ਆਪਣੇ ਕੋਲ ਬੁਲਾਇਆ। ਉਹਨਾਂ ਦੇ ਛੋਟੇ ਪੋਤੇ ਨੇ ਉਹਨਾਂ ਦੀ ਛੋਟੀ ਬੰਦੂਕ ਵਾਂਗੂ ਉਹਨਾਂ 'ਤੇ ਤਾਣੀ ਹੋਈ ਸੀ। ਛੋਟੀ ਪਾਸੇ ਰੱਖਦਿਆਂ ਹੋਏ ਉਹਨਾਂ ਨੇ ਜਵਾਬ ਦਿੱਤਾ, ਪੁੱਤਰ ਤੇਰੇ ਚਾਚੇ ਨੇ ਦੇਸ਼ ਲਈ ਆਪਣੇ ਪ੍ਰਾਣ ਦੇ ਦਿੱਤੇ ਸੀ, ਉਹਨਾਂ ਦੇ ਮਾਣ ਲਈ ਕੁਛ ਕੰਮ ਕਰ। ਛੋਟੇ ਭਗਤ ਨੇ ਕਿਹਾ, ਹਾਂ ਦਾਦਾ ਜੀ, ਮੈਂ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਕੱਢ ਕੇ ਭਜਾਵਾਂਗਾ। ਸਰਦਾਰ ਸ਼ਾਨ ਨਾਲ ਹੱਸ ਪਏ ਅਤੇ ਕਿਹਾ, ਚੱਲ ਹੁਣ
ਘਰ ਚੱਲ ਕੇ ਕੁਝ ਖਾ ਲੈਂਦੇ ਹਾਂ। ਹੁਣ ਸ਼ਾਮ ਹੋ ਗਈ ਸੀ। ਵਿਦਿਆਵਤੀ ਨੇ ਲਾਲਟਨ ਜਲਾਈ। ਲਾਲਟਨ ਲੈ ਕੇ ਉਹ ਬੂਹੇ ਤੱਕ ਆਈ। ਦੂਰ ਦੇਖਦਿਆਂ ਹੋਏ ਉਹ ਆਪਣੇ ਆਪ ਨੂੰ ਕਹਿਣ ਲੱਗੀ, ਦਾਦਾ ਜੀ ਹਾਲੇ ਤੱਕ ਕਿਉਂ ਨਹੀਂ ਆਏ? ਭਗਤ ਨੇ ਜ਼ਰੂਰ ਉਹਨਾਂ ਨੂੰ ਪਰੇਸ਼ਾਨ ਕੀਤਾ ਹੋਣਾ ਹੈ। ਫਿਰ ਉਹਨੂੰ ਦੂਰੋਂ ਦੋ ਸਾਏ ਦਿਖਾਈ ਦਿੱਤੇ। ਛੋਟਾ ਭਗਤ ਨੱਸਦੇ ਹੋਏ ਅੱਗੇ ਆਇਆ ਤੇ ਕਿਹਾ ਕਿ ਮਾਂ, ਕਿੰਨੀ ਸੋਹਣੀ ਮਹਿਕ ਆ ਰਹੀ ਹੈ, ਅੱਜ ਤੂੰ ਖਾਣ ਨੂੰ ਕੀ ਬਣਾਇਆ? ਵਿਦਿਆਵਤੀ ਨੇ ਕਿਹਾ, ਤੇਰੀ ਪਸੰਦ ਦੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਪਰ ਖਾਣ ਤੋਂ ਪਹਿਲਾਂ ਹੱਥ ਪੈਰ ਧੋ ਕੇ ਆ ਜਾ, ਚੰਗਾ? ਮਾਂ ਦਾ ਕਹਿਣਾ ਮੰਨ ਕੇ ਭਗਤ ਨੇ ਹੱਥ ਪੈਰ ਧੋਤੇ ਤੇ ਮੰਜੇ ਉੱਤੇ ਦਾਦੀ ਕੋਲ ਜਾ ਕੇ ਬਹਿ ਗਿਆ। ਦਾਦੀ ਨੇ ਕਿਹਾ, ਭਗਤ ਪੁੱਤਰ, ਮੈਂ ਤੈਨੂੰ ਕਹਾਣੀ ਸੁਣਾਉਂਦੀ ਹਾਂ। ਅੱਜ ਮੈਂ ਤੈਨੂੰ ਰਾਮ ਰਾਵਣ ਜੰਗ ਦੀ ਕਹਾਣੀ ਸੁਣਾਵਾਂਗੀ। ਤੇ ਛੋਟਾ ਭਗਤ ਧਿਆਨ ਨਾਲ ਕਹਾਣੀ ਸੁਣਦਾ ਰਿਹਾ। ਅਖੀਰ ਵਿੱਚ ਰਾਤ ਨੂੰ ਕਹਾਣੀ ਪੂਰੀ ਹੋਈ। ਦਾਦੀ ਨੇ ਦੱਸਿਆ, ਇਸ ਤਰ੍ਹਾਂ ਰਾਮ ਨੇ ਰਾਵਣ ਦਾ ਵੱਧ ਕਰਕੇ ਸਾਧਾਰਨ ਜਨਤਾ ਨੂੰ ਉਸ ਦੇ ਅਤਿਆਚਾਰਾਂ ਤੋਂ ਮੁਕਤ ਕੀਤਾ। ਚੰਗਾ, ਹੁਣ ਸੌਂ ਜਾ, ਕੱਲ੍ਹ ਸਵੇਰੇ ਖੇਤਾਂ ਛੇਤੀ ਜਾਣਾ ਹੈ ਨਾ। ਛੋਟਾ ਭਗਤ ਦਾਦੀ ਕੋਲ ਆਰਾਮ ਨਾਲ ਸੌਂ ਗਿਆ। ਉਸ ਦੀਆਂ ਅੱਖਾਂ ਵਿੱਚ ਆਜ਼ਾਦ ਭਾਰਤ ਤੇ ਸੁਖੀ ਜਨਤਾ ਦਾ ਸੁਪਨਾ ਚੱਲ ਰਿਹਾ ਸੀ। ਛੋਟਾ ਭਗਤ ਹੁਣ 6 ਸਾਲ ਦਾ ਹੋ ਗਿਆ ਸੀ। ਅੱਜ ਉਸਦੇ ਸਕੂਲ ਦਾ ਪਹਿਲਾ ਦਿਨ ਸੀ। ਸਕੂਲ ਦੇ ਗੁਰੂ ਜੀ ਨੂੰ ਉਸਨੇ ਪ੍ਰਣਾਮ ਕੀਤਾ। ਸਰਦਾਰ ਅਰਜਨ ਸਿੰਘ ਦੇ ਇਸ ਹੋਨਹਾਰ ਪੋਤੇ ਨੂੰ ਦੇਖ ਕੇ ਉਹਨਾਂ ਨੂੰ ਅਚਰਜ ਹੋਇਆ। ਭਗਤ ਨੂੰ ਗੁਰੂ ਜੀ ਕੋਲ ਛੱਡ ਕੇ ਸਰਦਾਰ ਅਰਜਨ ਸਿੰਘ ਸੰਤੋਸ਼ ਨਾਲ ਘਰ ਚਲੇ ਗਏ। ਪਰ ਭਗਤ ਸ਼ਾਮ ਨੂੰ ਜਦ ਘਰ ਆਇਆ ਤਾਂ ਉਸ ਦੀਆਂ ਗੱਲਾਂ ਗੁੱਸੇ ਨਾਲ ਫੁੱਲੀਆਂ ਹੋਈਆਂ ਸਨ। ਉਸਨੇ ਦਾਦਾ ਜੀ ਨੂੰ ਕਿਹਾ, ਦਾਦਾ ਜੀ ਮੈਂ ਹੁਣ ਸਕੂਲ ਨਹੀਂ ਜਾਵਾਂਗਾ। ਦਾਦਾ ਜੀ ਨੇ ਪੁੱਛਿਆ, ਕਿਉਂ? ਗੁਰੂ ਜੀ ਨੇ ਝਿੜਕ ਦਿੱਤਾ? ਭਗਤ ਨੇ ਕਿਹਾ, ਨਹੀਂ, ਉਹ ਗੁਰੂ ਜੀ ਤਾਂ ਬੜੇ ਚੰਗੇ ਨੇ, ਪਰ ਉਸ ਸਕੂਲ ਵਿੱਚ ਸਾਰੇ ਗੋਡ ਸੇਵ ਦਾ ਕਿੰਗ ਦੀ ਪ੍ਰਾਰਥਨਾ ਕਰਦੇ ਨੇ। ਅਸੀਂ ਆਪਣੇ ਉੱਪਰ ਜ਼ੁਲਮ ਕਰਨ ਵਾਲੇ ਰਾਜੇ ਦੇ ਲਈ ਪ੍ਰਾਰਥਨਾ ਕਿਉਂ ਕਰੀਏ? ਅਸਲ ਵਿੱਚ ਤਾਂ ਉਹਨਾਂ ਨੂੰ ਇਸ ਦੇਸ਼ ਤੋਂ ਕੱਢ ਹੀ ਦੇਣਾ ਚਾਹੀਦਾ ਹੈ। ਇਹ ਸੁਣਦੇ ਦਾਦਾ ਜੀ ਨੇ ਸਮਾਧਾਨ ਕੱਢਿਆ। ਉਹਨਾਂ ਨੇ ਭਗਤ ਨੂੰ ਸਮਝਾਇਆ, ਠੀਕ ਹੈ ਪੁੱਤਰ, ਕੱਲ੍ਹ ਤੋਂ ਤੂੰ DAV ਸਕੂਲ ਜਾਏਗਾ। ਭਗਤ ਸਿੰਘ ਨੂੰ ਉਸ ਸਕੂਲ ਵਿੱਚ ਬੜਾ ਮਜ਼ਾ ਆਇਆ। ਇੱਥੋਂ ਦੇ ਗੁਰੂ ਜੀ ਵਿਦਿਆਰਥੀਆਂ ਨੂੰ ਕ੍ਰਾਂਤੀਕਾਰੀਆਂ ਦੀ ਕਹਾਣੀਆਂ ਸੁਣਾਉਂਦੇ ਸਨ। ਇੱਥੇ ਬਹੁਤ ਵੱਡਾ ਪੁਸਤਕਾਲਿਆ ਸੀ। ਹੁਣ ਭਗਤ ਨੂੰ ਅਖਬਾਰ ਪੜ੍ਹਨ ਦਾ ਸ਼ੌਕ ਪੈ ਗਿਆ। ਉਹਨੂੰ ਪੜ੍ਹਾਈ 'ਚ ਬੜਾ ਮਜ਼ਾ ਆਉਣ ਲੱਗਾ। ਹੁਣ ਭਗਤ 7ਵੀਂ 'ਚ ਆ ਗਿਆ ਸੀ ਅਤੇ ਇੱਕ ਦਿਨ ਸਾਰਿਆਂ ਨੇ ਬੜੀ ਦਿਲ ਦਹਿਲਾਉਣ ਵਾਲੀ ਖਬਰ ਸੁਣੀ। ਜਨਰਲ ਡਾਇਰ ਨਾਂ ਦੇ ਇੱਕ ਅੰਗਰੇਜ਼ ਰਾਕਸ਼ਸ ਨੇ ਜਲਿਆਂਵਾਲਾ ਬਾਗ ਵਿੱਚ ਹੱਤਿਆਕਾਂਡ ਕਰ ਦਿੱਤਾ। ਛੋਟੇ ਵੱਡੇ ਬੁੱਢੇ ਜਵਾਨ ਸਭ ਨੂੰ ਗੋਲੀਆਂ ਨਾਲ ਭੁੱਲ ਦਿੱਤਾ ਗਿਆ।
ਸਰਦਾਰ ਅਰਜਨ ਸਿੰਘ ਦੇ ਘਰ ਵੀ ਇਹੋ ਚਰਚਾ ਹੋ ਰਹੀ ਸੀ। ਰਾਤ ਨੂੰ ਮੰਜੇ ਤੇ ਲੇਟੇ ਹੋਏ ਭਗਤ ਨੇ ਇੱਕ ਇਰਾਦਾ ਕੀਤਾ। ਦੂਜੇ ਦਿਨ ਸਕੂਲ ਦੇ ਆਪਣੇ ਸਾਥੀਆਂ ਨਾਲ ਭਗਤ ਸਿੰਘ 16 ਮੀਲ ਦੂਰ ਜਲਿਆਂਵਾਲਾ ਬਾਗ ਲਈ ਨਿਕਲ ਗਿਆ। ਉੱਥੋਂ ਦੀ ਮਿੱਟੀ ਅਜੇ ਵੀ ਲਹੂ ਲੁਹਾਨ ਸੀ। ਉਸ ਧਰਤੀ ਨੂੰ ਪ੍ਰਣਾਮ ਕਰਕੇ ਭਗਤ ਸਿੰਘ ਨੇ ਉੱਥੋਂ ਦੀ ਮਿੱਟੀ ਮੱਥੇ 'ਤੇ ਲਗਾਈ। ਉਸਦੇ ਸਾਥੀਆਂ ਨੇ ਇਹੋ ਹੀ ਕੀਤਾ ਤੇ ਘਰ ਵਿੱਚ ਸਾਰਿਆਂ ਨੂੰ ਫਿਕਰ ਹੋ ਰਹੀ ਸੀ। ਭਗਤ ਸਿੰਘ ਦੇ ਆਉਂਦਿਆਂ ਮਾਂ ਨੇ ਉਸਦੀ ਪਿੱਠ 'ਤੇ 2 ਘਸੋਨੇ ਜਮਾ ਦਿੱਤੇ ਤੇ ਕਿਹਾ, ਕਿੱਥੇ ਗਿਆ ਸੀ? ਜਲਿਆਂਵਾਲਾ ਬਾਗ ਵਿੱਚ ਥੋੜੀ ਦੇਰ ਲਈ ਸਭ ਜਗ੍ਹਾ ਸ਼ਾਂਤੀ ਹੋ ਗਈ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਮਾਂ ਨੇ ਭਗਤ ਨੂੰ ਆਪਣੀ ਹਿੱਕ ਨਾਲ ਲਾਇਆ ਤੇ ਕਿਹਾ, ਪੁੱਤਰ ਕਿਧਰੇ ਜਾਣ ਤੋਂ ਪਹਿਲਾਂ ਦੱਸ ਦਿੱਤਾ ਕਰ। ਭਗਤ ਨੇ ਕਿਹਾ, ਠੀਕ ਹੈ, ਇੱਦਾਂ ਹੀ ਕਰੂੰਗਾ। ਹੌਲੇ ਹੌਲੇ ਭਗਤ ਸਿੰਘ ਜਵਾਨ ਹੋ ਗਿਆ। ਉਹ ਪ੍ਰਭਾਤ ਫੇਰੀ ਅਤੇ ਸਾਂਝ ਫੇਰੀ ਦੀ ਅਗਵਾਈ ਕਰਨ ਲੱਗਾ। ਵਿਦੇਸ਼ੀ ਕੱਪੜਿਆਂ ਦੀ ਹੋਲੀ ਬਾਲਣ ਵਿੱਚ ਉਹ ਸਭ ਤੋਂ ਅੱਗੇ ਸੀ। ਗਾਂਧੀ ਜੀ ਦੀ ਸਭਾ ਵਿੱਚ ਉਹ ਹਾਜ਼ਰ ਰਹਿੰਦਾ ਸੀ। ਇਸੇ ਵੇਲੇ ਕਾਲਜ ਵਿੱਚ ਉਸਦੀ ਮੁਲਾਕਾਤ ਸੁਖਦੇਵ ਨਾਲ ਹੋ ਗਈ। ਦੋਵੇਂ ਹੀ ਇੱਕ ਹੀ ਉਮਰ ਅਤੇ ਇੱਕੋ ਜਿਹੇ ਖਿਆਲਾਤ ਰੱਖਦੇ ਸਨ, ਇਸ ਲਈ ਛੇਤੀ ਦੋਵਾਂ ਦੀ ਦੋਸਤੀ ਹੋ ਗਈ। ਦੋਨੋਂ ਹੀ ਕ੍ਰਾਂਤੀਕਾਰੀ ਸੰਗਠਨ ਦਾ ਕੰਮ ਕਰਨ ਲੱਗ ਪਏ। ਖੂਬ ਜਾਣਕਾਰੀ ਦੇ ਕਾਰਨ ਭਗਤ ਸਿੰਘ ਕ੍ਰਾਂਤੀਕਾਰੀਆਂ ਲਈ ਜਵਲੰਤ ਵਿਸ਼ਿਆਂ 'ਤੇ ਲੇਖ ਲਿਖਣ ਲੱਗਾ। ਆਪਣੇ ਹੱਥ ਦੀ ਕਲਮ ਦੇ ਰੂਪ ਵਿੱਚ ਉਸਨੂੰ ਇੱਕ ਨਵਾਂ ਹਥਿਆਰ ਮਿਲ ਗਿਆ ਸੀ। ਜਨਤਾ ਦੇ ਵਿਚਕਾਰ ਕ੍ਰਾਂਤੀ ਦੀ ਅੱਗ ਭੜਕਾਉਣ ਲਈ ਉਹਨਾਂ ਨੇ ਪਹਿਲਾ ਕੰਮ ਕੀਤਾ। ਖੇਤਾਂ 'ਚ ਖੇਲਣ ਵਾਲੇ ਛੋਟੇ ਭਗਤ ਦੀ ਪਛਾਣ ਹੁਣ ਦੇਸ਼ ਭਗਤ ਤੇ ਆਤਮ ਵਿਸ਼ਵਾਸ ਨਾਲ ਭਰੇ ਜਵਾਨ ਭਗਤ ਸਿੰਘ ਦੇ ਰੂਪ ਵਿੱਚ ਹੋ ਗਈ। ਅੱਧੀ ਰਾਤ ਦਾ ਵੇਲਾ ਸੀ। ਚਾਰੋਂ ਪਾਸੇ ਹਨੇਰਾ ਫੈਲਿਆ ਹੋਇਆ ਸੀ। ਸਭ ਜਗ੍ਹਾ ਸ਼ਾਂਤੀ ਸੀ, ਲੇਕਿਨ ਲਾਹੌਰ ਸ਼ਹਿਰ ਦੇ ਮਜ਼ਮ ਮੁਹੱਲੇ ਦੇ ਇੱਕ ਘਰ ਵਿੱਚ ਰੋਸ਼ਨੀ ਚਮਕ ਰਹੀ ਸੀ। ਉਸ ਘਰ ਦੀ ਦੂਜੀ ਮੰਜ਼ਿਲ ਉੱਤੇ ਇੱਕ ਜਵਾਨ ਬੈਠਾ ਸੀ। ਉਹ ਬਹੁਤ ਬੇਚੈਨ ਸੀ। ਉਹਦਾ ਨਾਂ ਸੀ ਭਗਤ ਸਿੰਘ। ਭਗਤ ਸਿੰਘ ਰਾਤ ਦੇ ਹਨੇਰੇ ਨੂੰ ਘੂਰ ਰਿਹਾ ਸੀ। ਉਸਦੇ ਨਾਲ ਵਾਲੇ ਮੰਜੇ ਉੱਤੇ ਚੰਦਰ ਸ਼ੇਖਰ ਆਜ਼ਾਦ ਸੌਂ ਰਹੇ ਸੀ। ਪੁੰਜੇ, ਰਾਜਗੁਰੂ, ਸੁਖਦੇਵ ਅਤੇ ਹੋਰ ਕਾਰਜਕਰਤਾ ਸੌਂ ਰਹੇ ਸੀ। ਕੋਣੇ ਵਿੱਚ ਅੰਗਰੇਜ਼ ਸਰਕਾਰ ਦਾ ਵਿਰੋਧ ਕਰਨ ਵਾਲੇ ਪਰਚਿਆਂ ਦਾ ਢੇਰ ਜਮ੍ਹਾਂ ਸੀ, ਪਰ ਭਗਤ ਸਿੰਘ ਦੀ ਅੱਖਾਂ ਸਾਹਮਣੇ ਪਰਸੋਂ ਦਾ ਮੋਰਚਾ ਦਿਸ ਰਿਹਾ ਸੀ। ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਸੀ, ਸਾਇਮਨ ਗੋ ਬੈਕ, ਸਾਇਮਨ ਵਾਪਸ ਜਾਓ। ਲਾਹੌਰ ਸਟੇਸ਼ਨ ਉੱਤੇ ਕਾਲੇ ਝੰਡੇ ਫਹਿਰਾ ਰਹੇ ਸਨ। ਮੋਰਚੇ ਦੀ ਕਮਾਨ ਸੰਭਾਲ ਰਹੇ ਸਨ ਬਜ਼ੁਰਗ ਨੇਤਾ ਲਾਲਾ ਲਾਜਪਤ ਰਾਏ। ਕਿਸੇ ਜਵਾਨ ਨੇ ਉਹਨਾਂ 'ਤੇ ਛਤਰੀ ਲਾਈ ਹੋਈ ਸੀ। ਪੁਲਿਸ ਅੰਦੋਲਨਕਾਰੀਆਂ ਨੂੰ ਪਿੱਛੇ ਧੱਕ ਰਹੀ ਸੀ, ਪਰ ਉਹ ਅੱਗੇ ਵੱਧ ਰਹੇ ਸੀ। ਸੁਪਰਿੰਟੈਂਡੈਂਟ ਸਕੌਟ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀ ਚਲਾਉਣ ਦਾ ਹੁਕਮ ਦਿੱਤਾ ਤੇ ਅਫਰਾ ਤਫਰੀ ਮੱਚ ਗਈ। ਲਾਠੀ ਚਾਰਜ ਸ਼ੁਰੂ ਹੋਇਆ ਤਾਂ ਲਾਲਾ ਲਾਜਪਤ ਰਾਏ ਬੋਲ ਰਹੇ ਸਨ। ਉਸੇ ਵੇਲੇ ਹੱਥ 'ਚ ਡੰਡਾ ਹਿਲਾਉਂਦਾ DSP ਸੈਂਡਰਸ ਅੱਗੇ ਆਇਆ ਅਤੇ ਉਸ ਨਿਰਦਈ ਸੈਂਡਰਸ ਨੇ ਲਾਲਾ ਜੀ ਦੇ ਸਿਰ ਅਤੇ ਛਾਤੀ ਉੱਤੇ ਡੰਡੇ ਨਾਲ ਵਾਰ ਕੀਤਾ। ਲਾਲਾ ਲਾਜਪਤ ਰਾਏ ਲਹੂ ਲੁਹਾਨ ਹੋ ਕੇ ਡਿੱਗ ਪਏ। ਕਾਰਜਕਰਤਾ ਉਹਨਾਂ ਨੂੰ ਚੁੱਕ ਕੇ ਇੱਕ ਪਾਸੇ ਲੈ ਗਏ।
भीड़ होर जोश में आ गई, पर लाला लाजपत राय दी इस जानलेवा हमले नाल मौत हो गई। उन्हां दी चिता दी ज्वाला जो ही पड़की, जवान भगत सिंह ने बदला लैण दा फैसला कर लिया। दूजे दिन चंद्रशेखर आजाद, राजगुरु, सुखदेव, कैलाश पति कुंदन लाल अते भगत सिंह ने कट्ठे बह के डीएसपी सैंडर्स अते स्कॉट नूं गोली नाल मारन दी योजना बनाई। कौन किथे मिलेगा, किथे लुकेगा अते केड़े हथियार इस्तेमाल होणगे ए तय हो गया। भगत सिंह कोल ऑटोमैटिक पिस्तौल सी, राजगुरु ने रिवॉल्वर लिया अते चंद्रशेखर आजाद ने अपनी मौजर पिस्तौल कढ लिया। सारियां नूं अगली सवेर दा बेसबरी नाल इंतजार सी। योजना दे मुताबिक भगत सिंह, राजगुरु अते चंद्रशेखर आजाद साइकिल ते डीएवी कॉलेज दे सामने जा पहुंचे। कॉलेज दे सामने दी पुलिस चौकी ते उनां दी नजर सी। आजाद पुलिस चौकी दे सामने वाले दरख्त दे पिछे लुक गए। भगत सिंह ते राजगुरु दरख्त दे पिछे खड़ो के इशारे दा इंतजार कर रहे सन। दोपहर दे 4 बज गए सी अते दूरों मोटरसाइकिल दी आवाज सुनाई दित्ती। जुल्मी सैंडर्स पुलिस चौकी वल आ रहा सी। जिवें उसकी मोटरसाइकिल पुलिस चौकी कोल आई, राजगुरु ने सामने आके सैंडर्स ते गोली चला दी। गोली सैंडर्स की गर्दन च लगी ते वह जमीन उत्ते भगत सिंह के सामने डिग गया। तद भगत सिंह अगे आया। सैंडर्स भगत सिंह की अखां च अग देख के बहुत डर गया, वह थर थर कंब रहा सी। भगत सिंह ने सैंडर्स की खोपड़ी नूं निशाना बनाया ते 3 गोलियां मारी। जुल्मी सैंडर्स नूं मरिया देख के राजगुरु ने भगत सिंह का हाथ फड़िया ते दोवें साइकिल उत्ते नस गए। इधर पुलिस चौकी विच अफरा तफरी मच गई। इंस्पैक्टर फंड भगत सिंह के पिछे भज्जिया। उसने अपनी पिस्तौल का घोड़ा खिंचिया, लेकिन वो तीनों क्रांतिकारी तूफान वांगू गायब हो गए। इस खुफिया ठिकाने से रहना सारिया लई खतरे की गल सी। चंद्रशेखर आजाद के कहने पर भगत सिंह ने अपना भेस बदलने का फैसला किया। उन्होंने दाढ़ी के बाल कट के अपना भेस बदल लिता। हैट लगा के भगत सिंह ने अंग्रेज साहब का रूप धर लिया। राजगुरु ने उन्होंने नौकर का रूप ले लिया। भगवती चरण की पत्नी दुर्गा भाभी ने देखते ही देखते मेम साहब का रूप धर लिया। उन्होंने यह साबित कर दिया कि वह सच्चे देश भगत की पत्नी है। लाहौर के सारे रस्तों उत्ते नाकाबंदी सी। लाहौर रेलवे स्टेशन उत्ते भी पुलिस की सख्त पहरेदारी सी। इन्हां सारिआं सामने एक अधिकारी अपनी पत्नी नाल रेल दे डब्बे चढ़िया। उन्हां दे पिछे पिछे समान लैके उन्हां दा नौकर भी चढ़ गया। पुलिस दा एक जत्था डब्बे च गश्त करन लई चढ़िया, लेकिन उसे वेले गड्डी दा सिग्नल हो गया। इंजन ने धुआं छड्डिया अते गड्डी भगत सिंह नूं लैके लाहौर स्टेशन तों चल पई। क्रांति दा सिंह अंग्रेजा दे जाल चो निकल चुका सी। क्रांति दी जोत जगाए रखण लई जबरदस्त आवाज दे नाल वड्डा विस्फोट होया अते अग बल उठी। सामने दी खाई तो जित दे नारे लग गए।
ਚੰਦਰਸ਼ੇਖਰ ਆਜ਼ਾਦ ਮੁਸਕਾਏ। ਭਾਰਤੀ ਕ੍ਰਾਂਤੀਕਾਰੀਆਂ ਦੁਆਰਾ ਬਣਾਇਆ ਗਿਆ ਇਹ ਪਹਿਲਾ ਬੰਬ ਦਾ ਪ੍ਰਯੋਗ ਸਫਲ ਹੋ ਗਿਆ ਸੀ। ਜਗ੍ਹਾ ਸੀ ਝਾਂਸੀ। ਆਜ਼ਾਦੀ ਦੇ ਪਰਵਾਨਿਆਂ ਨੇ ਇੱਕ ਦੂਜੇ ਤੋਂ ਵਿਦਾ ਲਈ ਅਤੇ ਬੰਬ ਬਣਾਉਣ ਦੀ ਸ਼ੁਰੂਆਤ ਹੋਈ। ਉਸੇ ਵੇਲੇ ਦਿੱਲੀ ਅਸੈਂਬਲੀ ਵਿੱਚ ਦੋ ਜ਼ੁਲਮੀ ਪ੍ਰਸਤਾਵਾਂ ਉੱਤੇ ਕਾਨੂੰਨ ਬਣਨ ਵਾਲਾ ਸੀ। ਉਹਨਾਂ 'ਚੋਂ ਇੱਕ ਸੀ ਮਜ਼ਦੂਰਾਂ ਦੀ ਹੜਤਾਲ ਉੱਤੇ ਰੋਕ ਲਗਾਉਣਾ ਅਤੇ ਦੂਜਾ ਆਜ਼ਾਦੀ ਦੀ ਲੜਾਈ ਨੂੰ ਕੁਚਲਣਾ। ਬਟਕੇਸ਼ਵਰ ਦੱਤ, ਭਗਵਤੀ ਚਰਨ, ਸੁਖਦੇਵ ਅਤੇ ਭਗਤ ਸਿੰਘ ਸਾਰੇ ਇਕੱਠੇ ਬੈਠੇ ਸੀ। ਭਗਵਤੀ ਚਰਨ ਨੇ ਕਿਹਾ ਕਿ ਇਸ ਕਾਨੂੰਨ ਦੇ ਬਣਨ ਤੋਂ ਪਹਿਲਾਂ ਸਾਨੂੰ ਕੁਛ ਕਰਨਾ ਹੋਵੇਗਾ। ਇਸ 'ਤੇ ਭਗਤ ਸਿੰਘ ਨੇ ਜਵਾਬ ਦਿੱਤਾ, ਸਭਾ ਵਿੱਚ ਬੰਬ ਸੁੱਟ ਕੇ ਸਭਾ ਨੂੰ ਰੋਕਣਾ ਹੀ ਬਿਹਤਰ ਹੋਵੇਗਾ। ਸੁਖਦੇਵ ਨੇ ਸੁਝਾਅ ਦਿੱਤਾ ਕਿ ਅਸੈਂਬਲੀ ਹਾਲ ਦੀ ਰਚਨਾ ਨੂੰ ਧਿਆਨ 'ਚ ਰੱਖਣਾ ਹੋਵੇਗਾ ਅਤੇ ਇਹ ਸਾਰੇ ਇਸ ਕੰਮ ਉੱਤੇ ਜੁਟ ਗਏ। ਅਸੈਂਬਲੀ ਹਾਲ ਖਚਾਖਚ ਭਰਿਆ ਸੀ। ਗੈਲਰੀ ਵਿੱਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਬੈਠੇ ਸੀ। ਖਾਕੀ ਹਾਫ ਪੈਂਟ, ਗਰਮ ਕੋਟ ਅਤੇ ਹੈਟ ਲਗਾਏ ਭਗਤ ਸਿੰਘ ਦਾ ਪੂਰਾ ਧਿਆਨ ਸਾਹਮਣੇ ਸੀ। ਵੋਇਸ ਰਾਏ ਸਰ ਜੌਨ ਬੂਸਟਰ ਭਾਸ਼ਣ ਦੇਣ ਲਈ ਉੱਠੇ। ਉਹਨਾਂ ਦੇ ਬੋਲਣਾ ਸ਼ੁਰੂ ਕਰਦਿਆਂ ਹੀ ਭਗਤ ਸਿੰਘ ਨੇ ਉੱਠ ਕੇ ਅਸੈਂਬਲੀ ਹਾਲ ਵਿੱਚ ਬੰਬ ਸੁੱਟ ਦਿੱਤਾ। ਉਸੇ ਵੇਲੇ ਬਟੁਕੇਸ਼ਵਰ ਦੱਤ ਨੇ ਵੀ ਬੰਬ ਸੁੱਟਿਆ। ਅਸੈਂਬਲੀ ਹਾਲ ਵਿੱਚ ਦੌੜ ਭੱਜ ਮੱਚ ਗਈ। ਵਾਇਸ ਰਾਏ ਸ਼ਾਂਤ ਖੜੇ ਸਨ। ਉਹਨਾਂ ਦੇ ਸਾਹਮਣੇ ਦੀ ਮੇਜ਼ 'ਤੇ ਭਗਤ ਸਿੰਘ ਨੇ ਨਿਸ਼ਾਨਾ ਬੰਨ ਕੇ ਗੁਲਦਸਤੇ ਉੱਤੇ ਗੋਲੀ ਚਲਾਈ ਅਤੇ ਕਾਇਦੇ ਕਾਨੂੰਨ ਦੇ ਕਾਗਜ਼ਾਂ ਦੇ ਪਰਖਚੇ ਉੜ ਗਏ। ਪੂਰਾ ਮਾਹੌਲ ਧੂੰਏ ਨਾਲ ਭਰ ਗਿਆ। ਭਗਤ ਸਿੰਘ ਨੇ ਬੁਲੰਦ ਆਵਾਜ਼ ਵਿੱਚ ਐਲਾਨ ਕੀਤਾ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਵੰਦੇ ਮਾਤਰਮ। ਭਗਤ ਸਿੰਘ ਦੇ ਨਾਰੇ ਲਾਉਂਦਿਆਂ ਹੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਉਸਨੇ ਬਟੁਕੇਸ਼ਵਰ ਦੱਤ ਦੇ ਹੱਥੋਂ ਵਿਰੋਧ ਦੇ ਪਰਚੇ ਖੋਲ੍ਹੇ ਅਤੇ ਦੋਵਾਂ ਦੇ ਹੱਥਾਂ ਵਿੱਚ ਹੱਥਕੜੀਆਂ ਪਾ ਦਿੱਤੀਆਂ। ਅਸੈਂਬਲੀ ਹਾਲ ਦੇ ਬਾਹਰ ਜਾਂਦੇ ਵੇਲੇ ਵੀ ਉਹ ਵੰਦੇ ਮਾਤਰਮ ਦੇ ਨਾਰੇ ਲਾ ਰਹੇ ਸੀ। ਸੈਸ਼ਨ ਜੱਜ ਮਿਡਲਟਨ ਦੇ ਸਾਹਮਣੇ ਭਗਤ ਸਿੰਘ ਉੱਤੇ ਮੁਕੱਦਮਾ ਸ਼ੁਰੂ ਹੋਇਆ। ਭਗਤ ਸਿੰਘ ਨੇ ਕਿਹਾ, ਆਜ਼ਾਦੀ ਹਰ ਇੱਕ ਦਾ ਜਨਮ ਸਿੱਧ ਅਧਿਕਾਰ ਹੈ। ਇਹ ਜ਼ੁਲਮੀ ਨਿਯਮ ਕਾਨੂੰਨ ਬਾਰੇ ਜਨਤਾ ਨੂੰ ਜਾਗਰੂਕ ਕਰਨਾ, ਸਰਕਾਰ ਨੂੰ ਚੇਤ ਕਰਨਾ ਅਤੇ ਜਨ ਜਨ ਵਿੱਚ ਕ੍ਰਾਂਤੀ ਦੀ ਜੋਤ ਜਗਾਉਣਾ ਹੀ ਸਾਡਾ ਮਕਸਦ ਹੈ। ਅੱਜ ਸਾਡਾ ਮਕਸਦ ਕਾਮਯਾਬ ਹੋਇਆ ਹੈ। ਸੈਸ਼ਨ ਜੱਜ ਮਿਡਲਟਨ ਨੇ ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਧਰ ਸੁਖਦੇਵ ਸਮੇਤ ਦੂਜੇ ਕਾਰਜਕਰਤਾ ਲਾਹੌਰ ਵਿੱਚ ਬੰਬ ਬਣਾ ਰਹੇ ਸਨ। ਬੰਬ ਵਿੱਚ ਲੱਗਣ ਵਾਲੇ ਲੋਹੇ ਦੇ ਕਵਚ ਇੱਕ ਲੁਹਾਰ ਨੂੰ ਬਣਾਉਣ ਲਈ ਦਿੱਤੇ ਸੀ। ਅਸੈਂਬਲੀ ਹਾਲ ਵਿੱਚ ਬੰਬ ਵਿਸਫੋਟ ਦੇ ਬਾਅਦ ਹਰ ਜਗ੍ਹਾ ਖੁਫੀਆ ਪੁਲਿਸ ਲੱਗੀ ਹੋਈ ਸੀ। ਉਹਨਾਂ 'ਚੋਂ ਇੱਕ ਦੀ ਨਜ਼ਰ ਉਸ ਲੁਹਾਰ ਉੱਤੇ ਸੀ। ਲੁਹਾਰ ਨੂੰ ਪੈਸੇ ਦੇ ਕੇ ਉਸ ਤੋਂ ਕਵਚ ਨਾਲ ਭਰੀ ਥੈਲੀ ਲੈ ਕੇ ਇੱਕ ਆਦਮੀ ਬਾਹਰ ਨਿਕਲਿਆ। ਉਸ ਦੇ ਪਿੱਛੇ ਖੁਫੀਆ ਪੁਲਿਸ ਲੱਗ ਗਈ। ਰਾਹ ਵਿੱਚ ਉਹਨੂੰ ਘੇਰ ਕੇ ਫੜ ਲਿਆ। ਇਹ ਸੀ ਸੁਖਦੇਵ। ਉਹਨੂੰ ਫੜ ਕੇ ਜੇਲ੍ਹ ਵਿੱਚ ਬਹੁਤ ਮਾਰਿਆ ਪਰ ਉਸਨੇ ਕੁਝ ਦੱਸਿਆ ਨਹੀਂ। ਪਰ ਦੂਜੇ ਕਾਰਜਕਰਤਾਵਾਂ ਨੇ ਬੰਬ ਬਣਾਉਣ ਲਈ ਲੱਗਣ ਵਾਲੇ ਰਸਾਇਣਾਂ ਅਤੇ ਬੰਬ ਬਣਾਉਣ ਵਾਲੇ ਕ੍ਰਾਂਤੀਕਾਰੀਆਂ ਦੇ ਨਾਂ ਦੱਸ ਦਿੱਤੇ ਅਤੇ ਸਰਕਾਰ ਨੇ ਇੱਕ ਇੱਕ ਕਰਕੇ ਸਾਰਿਆਂ ਨੂੰ ਫੜ ਲਿਆ। ਦੂਜੀਆਂ ਖ਼ਬਰਾਂ ਤੋਂ ਉਸਨੂੰ ਸੈਂਡਰਸ ਦੀ ਹੱਤਿਆ ਵਿੱਚ ਭਗਤ ਸਿੰਘ ਦਾ ਹੱਥ ਹੋਣ ਦੀ ਜਾਣਕਾਰੀ ਮਿਲੀ ਤਾਂ ਉਸਨੇ ਉਹਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ।
ਇਸ ਵਿਚਕਾਰ ਮਹਾਰਾਸ਼ਟਰ ਵਿੱਚ ਰਾਜਗੁਰੂ ਨੂੰ ਫੜ ਲਿਆ ਗਿਆ, ਉਸ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ। ਸੈਂਟਰਲ ਜੇਲ੍ਹ ਵਿੱਚ ਕੈਦੀ ਰਾਜਬੰਦੀ ਹੁੰਦੇ ਸਨ। ਅੰਗਰੇਜ਼ ਸਰਕਾਰ ਰਾਜ ਦੇ ਖਿਲਾਫ ਉਹਨਾਂ ਨੇ ਖਾਣਾ ਨਾ ਖਾਣ ਦੀ ਸ਼ੁਰੂਆਤ ਕਰ ਦਿੱਤੀ। ਪੁਲਿਸ ਨੇ ਅੰਨ ਖਾਣ ਲਈ ਉਹਨਾਂ ਨਾਲ ਜ਼ਬਰਦਸਤੀ ਕੀਤੀ। ਕ੍ਰਾਂਤੀਕਾਰੀਆਂ ਦੇ ਹੱਥ ਪੈਰ ਬੰਨ ਦਿੱਤੇ ਗਏ, ਉਹਨਾਂ ਦੀ ਛਾਤੀ 'ਤੇ ਬਹਿ ਕੇ ਜ਼ਬਰਦਸਤੀ ਅੰਨ ਖਵਾਇਆ ਜਾਣ ਲੱਗਾ। ਪਰ ਕ੍ਰਾਂਤੀਕਾਰੀ ਨਹੀਂ ਬਦਲੇ। ਚਾਰੋਂ ਪਾਸੇ ਇੱਕੋ ਹੀ ਨਾਰਾ ਸੀ, ਬੰਦੇ ਮਾਤਰਮ, ਅੰਗਰੇਜ਼ ਸਰਕਾਰ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਇਹਨਾਂ ਨਾਰਿਆਂ ਨਾਲ ਜੇਲ੍ਹ ਗੂੰਜ ਉੱਠੀ ਸੀ। ਰਾਤ ਦੇ ਵੇਲੇ ਦੇਸ਼ ਭਗਤੀ ਅਤੇ ਭਜਨ ਗਾਏ ਜਾਂਦੇ ਸਨ। ਇਹਨਾਂ ਗੀਤਾਂ ਨਾਲ ਮਾਹੌਲ ਖਿੜ ਉੱਠਦਾ ਸੀ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅਤੇ ਕ੍ਰਾਂਤੀਕਾਰੀ ਮਿੱਤਰਾਂ ਦਾ ਇੱਕ ਹੋਰ ਹੀ ਸੰਗੀਤ ਨਿਕਲਦਾ ਸੀ ਹੱਥਾਂ ਪੈਰਾਂ ਦੀਆਂ ਬੇੜੀਆਂ ਤੋਂ। ਪੂਰੇ ਪੰਜਾਬ ਅਤੇ ਬੰਗਾਲ ਵਿੱਚ ਅਸ਼ਾਂਤੀ ਦੀ ਲਹਿਰ ਫੈਲੀ ਹੋਈ ਸੀ ਅਤੇ ਦੂਜੇ ਰਾਜਾਂ ਵਿੱਚ ਵੀ ਹੌਲੀ ਹੌਲੀ ਫੈਲ ਰਹੀ ਸੀ। ਇਹ ਵੇਖ ਕੇ ਵਾਇਸਰਾਏ ਲਾਰਡ ਆਇਰਵਿਨ ਨੇ ਲਾਹੌਰ ਦੇ ਸਪੈਸ਼ਲ ਟ੍ਰਿਬਿਊਨਲ ਦੇ ਸਾਹਮਣੇ ਭਗਤ ਸਿੰਘ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਤਿੰਨ ਨਿਆਂ ਮੂਰਤੀਆਂ ਦੇ ਸਾਹਮਣੇ ਇਹ ਮੁਕੱਦਮਾ ਸ਼ੁਰੂ ਹੋਇਆ। ਇਸ ਕਮੇਟੀ ਦਾ ਫੈਸਲਾ ਆਖਰੀ ਬਣਾਉਣ ਲਈ ਦੁਬਾਰਾ ਅਪੀਲ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਕਮੇਟੀ ਵਿੱਚ ਭਗਤ ਸਿੰਘ ਨੇ ਕਿਹਾ ਕਿ ਤੁਹਾਡਾ ਇਹ ਸਰਵੋੱਚ ਨਿਆਇਆਲਾ ਪ੍ਰਜਾਤੰਤਰ ਦੇ ਖਿਲਾਫ ਹੈ। ਤੁਹਾਡੇ ਸਾਹਮਣੇ ਜੋ ਅਤਿਆਚਾਰ ਹੋ ਰਹੇ ਨੇ ਉਹਨਾਂ ਨੂੰ ਰੋਕਣ ਲਈ ਤੁਸੀਂ ਲਾਚਾਰ ਹੋ। ਇਸ ਜੁਮਲੇ ਉੱਤੇ ਆਪੱਤੀ ਕਰਦਿਆਂ ਹੋਇਆਂ ਨਿਆਂਮੂਰਤੀ ਨੇ ਆਪਣਾ ਹਥੌੜਾ ਮੇਜ਼ 'ਤੇ ਮਾਰਿਆ। ਉਹਨਾਂ ਨੇ ਕਿਹਾ ਸ਼ਾਂਤੀ ਰੱਖੋ, ਸ਼ਾਂਤੀ ਰੱਖੋ, ਨਿਆਇਆਲਾ ਉੱਤੇ ਇਲਜ਼ਾਮ ਲਾਉਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ, ਤੁਸੀਂ ਆਪਣੇ ਬਚਾਅ ਦੀ ਗੱਲ ਕਰੋ, ਮੈਂ ਤੁਹਾਨੂੰ ਕੱਲ੍ਹ ਤੱਕ ਦੀ ਮੋਹਲਤ ਦਿੰਦਾ ਹਾਂ। ਇਸ 'ਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਹੱਥ ਚੁੱਕ ਕੇ ਮੁੱਠਾ ਕੱਸ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਗਾਏ। 7 ਅਕਤੂਬਰ 1930 ਇਸ ਦਿਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਦੂਜੇ ਦਿਨ ਇਹ ਖਬਰ ਪੂਰੇ ਦੇਸ਼ ਵਿੱਚ ਫੈਲ ਗਈ। ਅਖਬਾਰਾਂ ਨੇ ਸਰਕਾਰ ਉੱਤੇ ਉਂਗਲੀ ਚੁੱਕੀ। ਚਾਰੋਂ ਪਾਸੇ ਸਰਕਾਰ ਦੀ ਬੁਰਾਈ ਹੋਣ ਲੱਗੀ। ਮੰਦਿਰ, ਮਸਜਿਦ ਅਤੇ ਚਰਚਾਂ ਵਿੱਚ ਕ੍ਰਾਂਤੀਕਾਰੀਆਂ ਲਈ ਪ੍ਰਾਰਥਨਾ ਸ਼ੁਰੂ ਹੋ ਗਈ। ਜਨਤਾ ਦੇ ਪ੍ਰਤੀਨਿਧੀਆਂ ਨੇ ਗਾਂਧੀ ਜੀ ਨੂੰ ਮਿਲ ਕੇ ਇਸ ਮਾਮਲੇ ਵਿੱਚ ਧਿਆਨ ਦੇਣ ਦੀ ਬੇਨਤੀ ਕੀਤੀ, ਪਰ ਗਾਂਧੀ ਜੀ ਨੇ ਇਸ ਗੱਲ ਉੱਤੇ ਧਿਆਨ ਨਹੀਂ ਦਿੱਤਾ। ਉਹ ਨੇਤਾ ਜੇਲ੍ਹ ਵਿੱਚ ਭਗਤ ਸਿੰਘ ਨੂੰ ਮਿਲਣ ਗਏ। ਉਹਨਾਂ ਨੇ ਕਿਹਾ ਕਿ ਤੁਸੀਂ ਤਿੰਨੋਂ ਵਾਇਸਰਾਏ ਨੂੰ ਪ੍ਰਾਰਥਨਾ ਕਰੋ, ਪਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਸਾਫ਼ ਇਨਕਾਰ ਕਰ ਦਿੱਤਾ। ਚੌਵੀ ਮਾਰਚ ਫਾਂਸੀ ਦਾ ਦਿਨ ਮੁਕਰਰ ਹੋ ਗਿਆ। ਉਸ ਤੋਂ ਪਹਿਲਾਂ ਭਗਤ ਸਿੰਘ ਦੇ ਪਰਿਵਾਰ ਵਾਲੇ ਉਹਨੂੰ ਮਿਲਣ ਜੇਲ੍ਹ ਵਿੱਚ ਆਏ। ਬਜ਼ੁਰਗ ਦਾਦਾ ਜੀ ਸੋਟੀ ਟੇਕਦੇ ਹੋਏ ਆਏ। ਆਪਣੇ ਲਾਡਲੇ ਪੋਤੇ ਦੇ ਬੇੜੀਆਂ ਵਿੱਚ ਜਗੜੇ ਹੱਥ ਪੈਰ ਦੇਖ ਕੇ ਉਹਨਾਂ ਨੂੰ ਦਿਲੋਂ ਤਕਲੀਫ ਹੋਈ। ਭਗਤ ਸਿੰਘ ਨੇ ਹੱਸ ਕੇ ਉਹਨਾਂ ਨੂੰ ਕਿਹਾ, ਦਾਦਾ ਜੀ, ਅਸੀਂ ਰਾਜਬੰਦੀ ਹਾਂ, ਉਹ ਸਾਨੂੰ ਸੋਨੇ ਨਾਲ ਸਜਾ ਕੇ ਥੋੜੀ ਫਾਂਸੀ ਦੇਣਗੇ, ਇਹ ਲੋਹੇ ਦੇ ਗਹਿਣੇ ਹੈ। ਭਗਤ ਸਿੰਘ ਦੀ ਮਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ। ਭਗਤ ਸਿੰਘ ਨੇ ਮਾਂ ਦੇ ਨੇੜੇ ਜਾ ਕੇ ਕਿਹਾ, ਮਾਂ, ਤੇਰੀਆਂ ਅੱਖਾਂ 'ਚ ਅੱਥਰੂ ਕਿਵੇਂ? ਭਗਤ ਸਿੰਘ ਦੀ ਮਾਂ ਕਾਇਰ ਹੈ, ਇਹ ਸੁਣ ਕੇ ਲੋਕੀ ਕੀ ਕਹਿਣਗੇ? ਮਾਂ ਦੇ ਚਿਹਰੇ ਉੱਤੇ ਪੁੱਤਰ ਲਈ ਫਖਰ ਜਾਗ ਉੱਠਿਆ।
24 मार्च नेड़े आ रही है अते फांसी दी तैयारी पूरी की जा रही है। फांसी दी तैयारी पूरी हो गई। ठीक उसे वेले अधिकारियां दी एक बैठक चल रही सी। भगत सिंह नू मिलन वाली मशहूरी उना दी चिंता दा कारण सी, क्योंकि फांसी दे दिन पूरे देश विच फसाद भड़कण ते खून खराबा होण दा डर सी। इसे लई 23 मार्च दी शाम नू फांसी देने दा फैसला कर लिया गया। 23 तारीख दी सवेर होई, कैदी हमेशा दी तरह कम्मा च लग गए। दोपहरे भगत सिंह दी कोठरी दा दरवाजा खोल लिया गया। जेल रौंदा है, तुहानू अज ही सजा दिती जाएगी, ए हुक्म है, तुसी तैयार हो जाओ। भगत सिंह ने किताब बंद कीती ते जेलर नू किया, मैं तैयार हां, पर मेरी बेड़ियां खोल के मैनू मुक्त करो अते मेरा चेहरा ना टकना। जेलर ने दुखी हुंदिया किया कि मैं बेड़ियां खोल दवांगा पर तुहाडा चेहरा टकना ही पाएगा, ए नियम तोड़िया नहीं जा सकता। शाम टलन लगी, सारे कैदियों नू समय तो पहला ही कोठरियों विच बंद कर दिता गया। भगत सिंह, राजगुरु अते सुखदेव ने स्नान किया। तिन्ना ने एक दूजे नू गलवकड़ी पाई ते हाथ विच हाथ पा के खड़े हो गए। विचकार भगत सिंह ते एक पासे राजगुरु ते दूजे पासे सुखदेव, तीनों ठोस कदमां नाल कोठरी दे बाहर आए। कोठरियां च बंद कैदी अपने लाडले क्रांतिकारियां नू अथरुआं नाल विदा कर रहे सी। तिन्नां दी बुलंद आवाज जेल विच गूंज रही सी, मेरा रंग दे बसंती चोला। कैदी गा रहे सन, वंदे मातरम, भगत सिंह अमर रहे, राजगुरु अमर रहे, सुखदेव अमर रहे, इनकलाब जिंदाबाद। तुरदे तुरदे तिन्ना ने अपने हाथ चुक के कैदियां तो विदा ली। उन्हां दे खुले हाथ देख के कमिश्नर नूं धक्का जिहा लगा। भगत सिंह ने उन्हां नूं कहा, साहब तुसीं किस्मत वाले हो कि भारतीय क्रांतिकारी मौत नाल किवें जफ्फी पाउंदे ने, पर तुहानूं तां सामने देखण नूं मिल रहा है। मौत मतलब परमेश्वर, उस नूं मिलण जिहा दूजा आनंद कहड़ा है। सुखदेव ते राजगुरु ने नारा लाया, वंदे मातरम, वंदे मातरम, अते तीनों फांसी दी जगह उत्ते पहुंच गए। जल्ला तैयार सी, तीनों फाहे उन्हां दा इंतजार कर रहे सन। भगत सिंह ने निडर होके विनती की थी, सानू अपना नारा कहण दी इजाजत दिती जाए। अधिकारियां ने एक दूजे नू इशारा किया ते इजाजत मिलदिया ही वंदे मातरम, इनकलाब जिंदाबाद, जोरदार नारा लाया, वंदे मातरम, इनकलाब जिंदाबाद, ते बुलंद सुरां नाल गूंजण लगा। भगत सिंह ने अपने मित्रां नू कहा, यारो हुण असीं स्वर्ग विच मिलांगे। ओ अगे आए अते चबूतरे उत्ते खड़े हो गए। जल्लाद ने उन्हां दा मूंह काले कपड़े नाल ढक दिता। अधिकारियां वाल वेख्या, इशारा हुंदिया ही उसने हत्था खिंच दिता। उस वेले 7:33 होए सी। भारत माता दे 3 पुत्तर उस दे वास्ते शहीद हो गए सी।
हो पाया आजाद हमारा प्यारा हिंदुस्तान। इस भारत भू के लिए जब हुए लाख लाख बलिदान, तब हो पाया आजाद हमारा प्यारा हिंदुस्तान। उन लाख शहीदों में था शामिल भगत सिंह का नाम, उन लाख शहीदों में था शामिल भगत सिंह का नाम। होठों पे जिसके था यही गाना सुबह हो या शाम, वंदे वंदे मातरम, वंदे वंदे मातरम, वंदे वंदे मातरम, वंदे वंदे मातरम। यह भारत भू हमारी, उस पे अंग्रेजों की हुकूमत। जुल्म बड़े थे सारे उनके, बड़ी थी सारी शामत। यह भारत भू हमारी, उस पे अंग्रेजों की हुकूमत। जुल्म बड़े थे सारे उनके, बड़ी थी सारी शामत। तब राष्ट्रभक्त उस भगत सिंह को कैसे चैन आ पाए, तब राष्ट्रभक्त उस भगत सिंह को कैसे चैन आ पाए। हर बूंद लहू की अंग्रेजों पर शोला बन के छाए, वंदे वंदे मातरम, वंदे वंदे मातरम, वंदे वंदे मातरम, वंदे वंदे मातरम। आहट सुन के अंग्रेजों ने खोज की तब उनकी शुरू, आहट सुन के अंग्रेजों ने खोज की तब उनकी शुरू। पकड़ गए तब भगत सिंह सह सुखदेव और राजगुरु, पकड़ गए तब भगत सिंह सह सुखदेव और राजगुरु। मातृभूमि के इन सुपुतों को दुश्मन करते ही फांसी, मातृभूमि के इन सुपुतों को दुश्मन करते ही फांसी। कह गए लड़कर देश के लिए, हंसते हंसते चढ़े सुली, हंसते हंसते चढ़े सुली, हंसते हंसते चढ़े सुली, हंसते हंसते चढ़े सुली। वंदे वंदे मातरम, वंदे वंदे मातरम, वंदे।